ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗੈਵੀ ਚੌਹਾਨ ਵਲੌਗਜ਼। ਕੈਨੇਡਾ ਸਰਕਾਰ ਨੇ ਇੱਕ ਫਿਰ ਨਵਾਂ ਪੈਂਤਰਾ ਛੱਡਤਾ, ਜਿਹਦੇ ਨਾਲ ਪੰਜਾਬੀਆਂ ਨੂੰ ਬਹੁਤ ਵੱਡੇ ਲੈਵਲ 'ਤੇ ਮਾਨਸਿਕ ਠੇਸ ਪਹੁੰਚੀ ਹੈ। ਪਹਿਲਾਂ ਵੀ ਕੈਨੇਡਾ ਸਰਕਾਰ ਨੇ ਅਜਿਹੋ ਜਿਹੇ ਕਾਨੂੰਨ ਬਣਾਏ ਆ ਜਿਨ੍ਹਾਂ ਡਾਇਰੈਕਟ ਪੰਜਾਬੀਆਂ ਨੂੰ ਟਾਰਗੇਟ ਕੀਤਾ, ਅਤੇ ਪੰਜਾਬੀ ਜਿਹੜਾ ਹੁਣ ਇਸ ਟਾਈਮ ਕੈਨੇਡਾ ਦੇ ਵਿੱਚ ਆਪਦੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੇ, ਕਿਉਂਕਿ ਕੈਨੇਡਾ ਸਰਕਾਰ ਦਿਨ ਬ ਦਿਨ ਅਜਿਹੇ ਕਾਨੂੰਨ ਇੰਟਰੋਡਿਊਸ ਕਰ ਰਹੀ ਹੈ ਜਿਹਦੇ ਕਰਕੇ ਪੰਜਾਬੀਆਂ ਦਾ ਉੱਥੇ ਰਹਿਣਾ ਬੜਾ ਮੁਸ਼ਕਲ ਹੋਇਆ। ਅਤੇ ਹੁਣ ਕੈਨੇਡਾ ਸਰਕਾਰ ਵੱਲੋਂ ਪੰਜਾਬੀਆਂ ਨੂੰ ਕੈਨੇਡਾ 'ਚੋਂ ਕੱਢਣ ਦਾ ਇੱਕ ਨਵਾਂ ਪੈਂਤਰਾ, ਇਹ ਪੈਂਤਰਾ ਹੁਣ ਨਹੀਂ ਸ਼ੁਰੂ ਹੋਇਆ, ਪੈਂਤਰਾ ਜਿਹੜਾ ਹੈਗਾ 2019 ਦੇ ਵਿੱਚ ਸ਼ੁਰੂ ਹੋਇਆ ਸੀ। ਉਹਦੇ ਬਾਰੇ ਗੱਲਬਾਤ ਆਪਾਂ ਕਰਦੇ ਹਾਂ। ਆਪਣੇ ਸਿੱਖ MP ਤਰਲੋਚਨ ਸਿੰਘ ਆ ਜਿਹੜੇ, ਉਹਨਾਂ ਨੇ ਇੱਕ ਮੈਟਰ ਆ ਜਿਹੜਾ ਹੈਗਾ ਉਹ ਪੰਜਾਬ ਅਤੇ ਪੰਜਾਬੀਆਂ ਦੇ ਨਾਂ 'ਤੇ ਇੱਕ ਅਪੀਲ ਕੀਤੀ ਆ, ਕੈਨੇਡਾ ਸਰਕਾਰ ਨੂੰ ਵੀ ਅਪੀਲ ਕੀਤੀ ਆ। ਉਹ ਰੌਲਾ ਪਾ ਰਹੇ ਆ ਕਿਉਂਕਿ ਇਸ ਟਾਈਮ ਕੈਨੇਡਾ ਸਰਕਾਰ ਵੱਲੋਂ ਕਿਊਬਕ ਸੂਬੇ ਦੇ ਵਿੱਚ ਪੰਜਾਬੀਆਂ 'ਤੇ ਪੱਗ ਬੰਨਣ 'ਤੇ ਰੋਕ ਲਾ ਦਿੱਤੀ ਹੈ, ਅਤੇ ਇਹ ਮੈਂ ਸਮਝਦਾ ਵੀ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੈ, ਅਤੇ ਇੱਕ ਸਿੱਖ ਬੰਦੇ ਨੂੰ ਉਹਦੇ ਜਿਹੜੇ ਹੈਗੇ ਚਿੰਨ ਪਹਿਨਣ ਤੋਂ ਰੋਕਣਾ ਇੱਕ ਬਹੁਤ ਵੱਡਾ ਡਿਸਕ੍ਰਿਮੀਨੇਸ਼ਨ ਹੈ, ਕਿਉਂਕਿ ਬਹੁਤਾਤ ਦੇ ਵਿੱਚ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਆ। ਪਰ ਕੈਨੇਡਾ ਸਰਕਾਰ ਵੱਲੋਂ ਲਿਆ ਗਿਆ ਅਜਿਹਾ ਫੈਸਲਾ ਵਾਕਈ ਇਹ ਜਿਹੜਾ ਹੈਗਾ ਪੰਜਾਬੀਆਂ ਨੂੰ ਮਜਬੂਰ ਕਰਦਾ ਕਿ ਉਹ ਕੈਨੇਡਾ ਛੱਡਣ। ਅਤੇ ਤੁਹਾਨੂੰ ਦੱਸਦੇ ਹਾਂ ਵੀ ਜਿਹੜੇ ਤਰਲੋਚਨ ਸਿੰਘ ਹੈ ਸਿੱਖ MP ਹੈ, ਉਹਨਾਂ ਨੇ ਮਸਲਾ ਚੁੱਕਿਆ। ਪਹਿਲਾਂ ਇਹ ਮੈਂ ਤੁਹਾਨੂੰ ਦੱਸਦੇ ਹਾਂ ਵੀ ਕੈਨੇਡਾ ਸਰਕਾਰ ਵੱਲੋਂ ਕਿਊਬਕ ਸੂਬੇ ਦੇ ਵਿੱਚ ਬਿੱਲ 21 ਨਾਂ 'ਤੇ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਵੀ ਪੁਲਿਸ, ਜੱਜ ਅਤੇ ਟੀਚਰ ਅਤੇ ਹੋਰ ਸਰਕਾਰੀ ਅਹੁਦਿਆਂ 'ਤੇ ਪੰਜਾਬੀ ਹੁੰਦੇ ਸਨ ਉਹਨਾਂ 'ਤੇ ਰੋਕ ਲਾਤੀ ਸੀ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ ਗੇ। ਤਾਂ ਫਿਰ ਇਸ ਫੈਸਲੇ ਨੂੰ ਜਿਹੜਾ ਹੈਗਾ ਕਿਊਬਕ ਕੋਰਟ ਆਫ ਅਪੀਲ ਦੇ ਵਿੱਚ ਚੈਲੰਜ ਕੀਤਾ ਗਿਆ ਸੀਗਾ, ਪਰ ਹੁਣ ਉੱਥੋਂ ਦੀ ਅਦਾਲਤ ਨੇ ਵੀ ਸਰਕਾਰ ਦੇ ਫੈਸਲੇ 'ਤੇ ਮੋਹਰ ਲਾਤੀ ਹੈ ਅਤੇ ਅਪੀਲ ਰੱਦ ਕਰਤੀ ਹੈ। ਅਤੇ ਹੁਣ ਸਰਦਾਰ ਤਰਲੋਚਨ ਸਿੰਘ ਜਿਹੜੇ ਫਾਰਮਰ MP ਹੈ ਅਤੇ ਚੇਅਰਮੈਨ ਵੀ ਹੈ, ਚੇਅਰਮੈਨ ਆਫ ਮਿਨੋਰਟੀਜ਼ ਉਹ ਰਹੇ ਆ, ਅਤੇ ਉਹਨਾਂ ਨੇ ਮੁੱਦਾ ਚੁੱਕਿਆ ਵੀ ਜੇ ਅਸੀਂ ਸੰਘਰਸ਼ ਕਰਕੇ ਰੌਲਾ ਪਾ ਕੇ, UK ਦੇ ਵਿੱਚ ਵੀ ਇਸ ਤਰ੍ਹਾਂ ਦਾ ਲਾਅ ਪਾਸ ਹੋਇਆ ਸੀ, ਉਹ ਲਾਅ ਅਸੀਂ ਅਮੈਂਡ ਕਰਾ ਸਕਦੇ ਹਾਂ ਜਿੱਥੇ ਸਾਡੇ ਜਿਹੜੇ ਹੈਗੇ ਧਾਰਮਿਕ ਚਿੰਨ ਪਹਿਨਣ 'ਤੇ ਰੋਕ ਲਾਈ ਸੀ, ਤਾਂ ਆਪਾਂ ਇੱਥੇ ਕੈਨੇਡਾ 'ਚ ਕਿਉਂ ਨਹੀਂ ਕਰ ਸਕੇ। ਉਹਨਾਂ ਨੇ ਕਿਹਾ ਵੀ ਫਰਾਂਸ ਦੇ ਵਿੱਚ ਵੀ ਜਿਹੜੇ ਸਿੱਖ ਬੱਚੇ ਆ ਉਹ ਸਰਕਾਰੀ ਸਕੂਲ 'ਚ ਪੱਗ ਬੰਨ ਕੇ ਨਹੀਂ ਜਾ ਸਕਦੇ, ਪਰ ਉਹਨਾਂ ਨੇ ਕਿਹਾ ਵੀ ਇਹ ਤਾਂ ਉਹਦੇ ਨਾਲੋਂ ਵੀ ਖਤਰਨਾਕ ਜਿਹੜਾ ਹੈਗਾ ਸਰਕਾਰ ਦਾ ਫੈਸਲਾ, ਵੀ ਜੇ ਇੱਕ ਪੰਜਾਬੀ ਸਿੱਖ ਬੰਦਾ ਹੈਗਾ ਉਹ ਪੱਗ ਨਹੀਂ ਬੰਨ ਸਕਦਾ ਤਾਂ ਫਿਰ ਕੀ ਟੋਪੀ ਲੈ ਕੇ ਜਾਊਗਾ ਜਾਂ ਵਾਲ ਖੁੱਲ੍ਹੇ ਛੱਡ ਕੇ ਜਾਊਗਾ। ਇਹ ਬਹੁਤ ਵੱਡਾ ਮੁੱਦਾ ਵਿਚਾਰਨ ਵਾਲਾ। ਉਹਨਾਂ ਨੇ ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਮੁੱਦਾ ਦੁਬਾਰਾ ਚੱਕਿਆ ਜਾਵੇ। ਸਭ ਨੂੰ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਵੀ MP ਨੇ ਇਸ ਚੀਜ਼ ਨੂੰ ਟੇਕਅਪ ਨਹੀਂ ਕੀਤਾ ਗਾ। ਉਹਨਾਂ ਨੇ ਕਿਹਾ ਵੀ ਇਹ ਮੁੱਦਾ ਛੋਟਾ ਮੁੱਦਾ ਨਹੀਂ, ਬਹੁਤ ਵੱਡਾ ਮੁੱਦਾ ਹੈਗਾ, ਪੰਜਾਬੀਆਂ ਦੀ ਹੋਂਦ ਦੇ ਖਤਮ ਕਰਨ ਤੱਕ ਦਾ ਇਹ ਜਿਹੜਾ ਹੈਗਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪੰਜਾਬੀ MPs ਆ, ਸਿੱਖ MPs ਆ ਕੈਨੇਡਾ ਦੇ ਵਿੱਚ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਨੂੰ ਇਹ ਮੈਟਰ ਟੇਕਅਪ ਕਰਕੇ ਸਰਕਾਰ ਕੋਲ ਜਾਣਾ ਚਾਹੀਦਾ, ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਰਦਾਰ ਤਰਲੋਚਨ ਸਿੰਘ ਨੇ ਮੁੱਦਾ ਉਠਾਉਂਦਿਆਂ ਜਿਹੜੇ ਚੀਫ ਮਿਨਿਸਟਰ ਕਿਊਬਕ ਪ੍ਰੋਵਿੰਸ ਦੇ ਹੈਗੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਹੜੀ ਸਾਡੀ ਅਪੀਲ ਹੈ ਉਹਨੂੰ ਰੀਓਪਨ ਕਰਕੇ ਦੁਬਾਰਾ ਸੁਣਿਆ ਜਾਵੇ,
ਕਿਉਂਕਿ ਇਸ ਤਰ੍ਹਾਂ ਦੇ ਫੈਸਲੇ ਜੇ ਕੈਨੇਡਾ ਗਵਰਨਮੈਂਟ ਪਾਸ ਕਰੂਗੀ ਜਾਂ ਲਾਗੂ ਕਰੂਗੀ ਤਾਂ ਇਹ ਬਹੁਤ ਵੱਡਾ ਜਿਹੜਾ ਪੰਜਾਬੀਆਂ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇਣ ਵਾਲੀ ਗੱਲ ਹੈ। ਕਿਉਂਕਿ ਜੇ ਪਿਛਲਾ ਇਤਿਹਾਸ ਚੱਕ ਕੇ ਦੇਖੀਏ, ਹੁਣ ਤੱਕ ਦਾ ਇਤਿਹਾਸ ਚੱਕ ਕੇ ਦੇਖੀਏ, ਤਾਂ ਜਿਹੜਾ ਪੰਜਾਬੀਆਂ ਦਾ, ਸਿੱਖਾਂ ਦਾ, ਹਿੰਦੁਸਤਾਨੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕੈਨੇਡਾ ਦੀ ਇਕੋਨਮੀ ਨੂੰ ਅਪਲਿਫਟ ਕਰਨ 'ਤੇ। ਅਤੇ ਜੇ ਅੱਜ ਕੈਨੇਡਾ ਉਹ ਜਿਹੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਹੁਣ ਜਿਹੜੇ ਬੰਦਿਆਂ ਨੇ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਹੈ, ਕੈਨੇਡਾ ਸਰਕਾਰ ਨੂੰ ਸਪੋਰਟ ਕੀਤੀ ਹੈ, ਕੈਨੇਡਾ ਸਰਕਾਰ ਦੇ ਵਿੱਚ ਨੁਮਾਇੰਦਗੀ ਕੀਤੀ ਹੈ, ਉਸ ਤੁਸੀਂ ਕਮਿਊਨਿਟੀ ਨੂੰ ਇਦਾਂ ਦੇ ਫੈਸਲੇ ਲਾ ਕੇ ਉਹਨਾਂ ਦੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਵੀ ਰੋਕ ਲਾ ਦੋਗੇ। ਇਸ ਕਰਕੇ ਸਾਨੂੰ ਵੀ ਸਾਰਿਆਂ ਨੂੰ ਸਰਦਾਰ ਤਰਲੋਚਨ ਸਿੰਘ ਦੀ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ। ਕੋਈ ਇੱਦਾਂ ਦਾ ਪੇਜ ਜਾਂ ਕੋਈ ਇੱਦਾਂ ਦਾ ਜਿਹੜਾ ਹੈਗਾ ਪਲੇਟਫਾਰਮ ਆਪਾਂ ਨੂੰ ਤਿਆਰ ਕਰਕੇ ਆਪਣਾ ਮੈਸੇਜ ਜਿਹੜੀ ਪ੍ਰੋਵਿੰਸ ਹੈ, ਕਿਊਬਕ ਪ੍ਰੋਵਿੰਸ ਤੱਕ ਪਹੁੰਚਾਉਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ।